ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਸਾਡਾ ਕੋਈ ਫਰਜ਼ ਨਹੀਂ ਸੀ ਬੰਦਾ ਕਿ ਅਸੀਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੋਈ ਏਦਾਂ ਦੇ ਉਪਰਾਲੇ ਕਰਦੇ ਕਿ ਜਿਹੜੇ ਨਸ਼ਿਆਂ ਨੂੰ ਠੱਲ ਪਾਈ ਜਾ ਸਕੇ। ਉਹ ਮੈਂ ਸਮਝਦਾ ਕਿ ਉਹ ਜਦੋਂ ਬੇਰੁਜ਼ਗਾਰ ਤੁਰੇ ਫਿਰਦੇ ਨੇ ਅਤੇ ਹੋਰ ਉਹਨਾਂ ਕੋਲ ਕੋਈ ਚਾਰਾ ਨਹੀਂ ਹੁੰਦਾ ਅਤੇ ਉਹ ਨਸ਼ਿਆਂ ਵਾਲੇ ਪਾਸੇ ਚਲੇ ਜਾਂਦੇ ਨੇ ਅਤੇ ਨਸ਼ਾ ਕਰਨ ਦੇ ਨਾਲ ਜਿੱਥੇ ਉਹ ਆਪਣੇ ਤੌਰ 'ਤੇ ਆਪਣੀ ਸਰੀਰਕ ਤੌਰ 'ਤੇ ਵੀ ਜ਼ਿੰਦਗੀ ਤਬਾਹ ਕਰ ਲੈਂਦੇ ਨੇ, ਆਰਥਿਕ ਤੌਰ 'ਤੇ ਵੀ ਉਹ ਪਿੱਛੇ ਰਹਿ ਜਾਂਦੇ ਨੇ। ਤੁਸੀਂ ਬਕਾਇਦਾ ਉਸਨੂੰ ਹਰ ਤਰ੍ਹਾਂ ਦਾ ਟ੍ਰੀਟ ਦਿੰਦੇ ਹੋ, ਫਿਰ ਉਹ ਤੁਹਾਡੇ ਕੋਲ ਕਿੱਥੋਂ ਸਪਿਰਿਟ ਆਉਂਦੀ ਹੈ ਕਿ ਤੁਸੀਂ ਉਹ ਸਾਰੀਆਂ ਸੇਵਾਵਾਂ ਕਰਨ ਵਿੱਚ ਅੱਗੇ ਹੋ? ਵੱਖ ਵੱਖ ਸਮੇਂ 'ਤੇ ਵੱਧ ਤੋਂ ਵੱਧ ਜਿਹੜੇ ਨੇ ਉਹ ਖੂਨਦਾਨ ਕੈਂਪ ਲਾਉਂਦੇ ਹਾਂ ਤਾਂ ਜੋ ਕਿਸੇ ਨੂੰ ਖੂਨ ਦੀ ਜਿਹੜੀ ਘਾਟ ਆ ਮਹਿਸੂਸ ਨਾ ਹੋਵੇ। ਉਹਦੇ ਸਹੁਰੇ ਪਰਿਵਾਰ ਵੱਲੋਂ ਜਲਾਉਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿੱਥੇ ਕੇਸ ਦਰਜ ਕਰਵਾਇਆ ਤਾਂ ਉਹਨਾਂ ਨੇ ਵੀ ਅੱਗੋਂ ਮਨ੍ਹਾ ਕਰ ਦਿੱਤਾ, ਫਿਰ ਇਸ 'ਤੇ ਤੁਸੀਂ ਕੀ ਕਹਿਣਾ ਚਾਹੋ? ਜ਼ਿਲ੍ਹਾ ਮੁਕਤਸਰ ਸਾਹਿਬ ਦੀਆਂ ਸਮੂਹ ਸਮਾਜ ਸੇਵ ਜਥੇਬੰਦੀਆਂ ਵੱਲੋਂ ਔਰ ਧਾਰਮਿਕ ਜਥੇਬੰਦੀਆਂ ਵੱਲੋਂ ਔਰ ਜੋਰ ਸ਼ਬਦਾਂ ਦੇ ਵਿੱਚ ਇਹਦੀ ਨਿੰਦਿਆ ਕਰਦਾ ਹਾਂ। ਦਰਸ਼ਕੋ, ਤੁਸੀਂ ਦੇਖ ਰਹੇ ਹੋ ਗੁਰਬਾਣੀ ਅਖੰਡ ਬਾਣੀ ਚੈਨਲ ਤੇ ਮੈਂ ਹਰਜੀਤ ਕੌਰ ਖਾਲਸਾ ਹਾਜ਼ਰ ਆ ਪ੍ਰੋਗਰਾਮ ਪੱਖ ਦੇ ਮੁੱਦੇ ਦੇ ਵਿੱਚ। ਆਪ ਜੀ ਨੂੰ ਪਤਾ ਕਿ ਅਸੀਂ ਪੱਖ ਦੇ ਮੁੱਦੇ 'ਤੇ ਆਮ ਹੀ ਗੱਲਬਾਤ ਕਰਦੇ ਰਹਿੰਦੇ, ਪਰ ਤੁਸੀਂ ਦੇਖਿਆ ਕਿ ਹਰ ਪਿੰਡ ਪਿੰਡ ਸ਼ਹਿਰ ਸ਼ਹਿਰ ਕਈ ਘਟਨਾਵਾਂ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ। ਅਸੀਂ ਮੁਕਤਸਰ ਸਾਹਿਬ ਪਹੁੰਚੇ ਹਾਂ, ਮੁਕਤਸਰ ਸਾਹਿਬ ਹਾਲ ਹੀ ਸਾਡੇ ਸਾਹਮਣੇ 4-5 ਘਟਨਾਵਾਂ ਆਈਆਂ ਸੀ ਅਤੇ ਅਸੀਂ ਪਹੁੰਚ ਕੀਤੀ ਮੁਕਤਸਰ ਸਾਹਿਬ, ਜਿੱਥੇ ਅਸੀਂ ਮਲੋਟ ਵਿਖੇ ਪਹੁੰਚ ਕਰਕੇ ਇੱਥੇ ਜਿਹੜੇ ਆਪਣੇ ਜ਼ਿਲ੍ਹਾ ਮੁਕਤਸਰ ਸਾਹਿਬ ਜੀ ਦੇ ਕੋਆਰਡੀਨੇਟਰ ਹੈਗੇ ਆ ਡਾਕਟਰ ਸੁਖਦੇਵ ਸਿੰਘ ਗਿੱਲ, ਉਹਨਾਂ ਨਾਲ ਗੱਲਬਾਤ ਕਰਨ ਲਈ ਅਸੀਂ ਪਹੁੰਚੇ ਹਾਂ ਕਿ ਕਿਉਂ ਲਗਾਤਾਰ ਮੁਕਤਸਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਇਹ ਘਟਨਾਵਾਂ ਜਿਹੜੀਆਂ ਵਾਰ ਵਾਰ ਵਾਪਰ ਰਹੀਆਂ ਨੇ। ਸੋ ਸਾਡੇ ਨਾਲ ਮੌਜੂਦ ਨੇ ਡਾਕਟਰ ਸੁਖਦੇਵ ਸਿੰਘ ਗਿੱਲ ਅਤੇ ਨਾਲ ਹੀ ਸਾਡੇ ਇਹਨਾਂ ਖੇੜੇ ਦੇ ਪੰਚਾਇਤ ਮੈਂਬਰ ਵੀ ਦਵਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ ਅਤੇ ਸਰਬੰਸਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਿਸ਼ਨ ਦੇ ਜਿਹੜੇ ਵੋਇਸ ਪ੍ਰੈਜ਼ੀਡੈਂਟ ਹੈਗੇ ਆ ਦੇਸ ਰਾਜ ਜੀ, ਉਹ ਵੀ ਸਾਡੇ ਨਾਲ ਮੌਜੂਦ ਆ। ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਗੁਰਬਾਣੀ ਅਖੰਡ ਬਾਣੀ ਚੈਨਲ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ, ਸਭ ਤੋਂ ਪਹਿਲਾਂ ਅਖੰਡ ਬਾਣੀ ਗੁਰਬਾਣੀ ਅਖੰਡ ਬਾਣੀ ਚੈਨਲ ਦੇ ਸਮੂਹ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜੋ ਵਿਸ਼ੇਸ਼ ਤੌਰ 'ਤੇ ਸਾਡੇ ਜ਼ਿਲ੍ਹਾ ਮੁਕਤਸਰ ਸਾਹਿਬ ਦੀਆਂ ਜੋ ਸਮੱਸਿਆ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਔਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋ 550 ਸਾਲਾ ਪ੍ਰਕਾਸ਼ ਦਿਹਾੜਾ 12 ਨਵੰਬਰ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਜਾ ਗਿਆ ਹੈ, ਉਹਦੇ ਸੰਬੰਧ ਵਿੱਚ ਸਾਡੇ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ ਆਏ ਨੇ ਅਤੇ ਮੈਂ ਇਹਨਾਂ ਦੀ ਸਮੁੱਚੀ ਟੀਮ ਦਾ ਰਿਣੀ ਹਾਂ, ਧੰਨਵਾਦੀ ਹਾਂ ਅਤੇ ਸਾਰਿਆਂ ਨੂੰ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਗੁਰੂ ਨਾਨਕ ਮਿਸ਼ਨ ਦੇ ਜਿਹੜੇ ਕਿ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਧਾਨ ਵੀ ਨੇ, ਜਿੱਥੇ ਅਸੀਂ ਗੱਲ ਕਰੀਏ ਕਿ ਜੋ ਵੀ ਸਮਾਜਿਕ ਬੁਰਾਈਆਂ ਹੁੰਦੀਆਂ ਉਹਨਾਂ ਦੇ ਲਈ ਸੇਵਾਵਾਂ ਕਰਦੇ ਨੇ, ਜੋ ਵੀ ਉਹਨਾਂ ਨੂੰ ਠੱਲ ਪਾਉਣ ਦੀਆਂ ਕੋਸ਼ਿਸ਼ਾਂ ਕਰਦੇ ਨੇ। ਡਾਕਟਰ ਸੁਖਦੇਵ ਸਿੰਘ ਗਿੱਲ ਜੀ ਅਤੇ ਅਸੀਂ ਬਕਾਇਦਾ ਜਿਨ੍ਹਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਹੈਗੇ। ਡਾਕਟਰ ਸੁਖਦੇਵ ਸਿੰਘ ਜੀ, ਜਿੱਥੇ ਤੁਸੀਂ ਦੇਖਿਆ ਕਿ ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਪ੍ਰਕਾਸ਼ ਜਿਹੜਾ ਬਹੁਤ ਵਿਸ਼ਵ ਪੱਧਰ 'ਤੇ ਮਨਾਇਆ ਗਿਆ, ਤੁਸੀਂ ਧਾਰਮਿਕ ਜਥੇਬੰਦੀਆਂ ਨਾਲ ਸੰਬੰਧਿਤ ਹੈਗੇ ਹੋ ਅਤੇ ਤੁਸੀਂ ਕੀ ਉਪਰਾਲੇ ਕੀਤੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ? ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ
ਜੋ 12 ਨਵੰਬਰ ਨੂੰ ਵਿਸ਼ਵ ਪੱਧਰ 'ਤੇ ਸੁਲਤਾਨਪੁਰ ਲੋਧੀ ਮਨਾਇਆ ਗਿਆ ਹੈ। ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਦੇਸ਼ ਨੂੰ, ਸਮੁੱਚੇ ਵਰਲਡ ਦੀਆਂ ਸੰਗਤਾਂ ਦਾ ਰਿਣੀ ਹਾਂ, ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਰਿਆਂ ਨੇ ਰਲ ਕੇ, ਹਿੰਦੂ, ਸਿੱਖ, ਮੁਸਲਿਮ, ਈਸਾਈ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਜੋ ਪ੍ਰਕਾਸ਼ ਦਿਹਾੜਾ ਹੈ ਬੜੇ ਵੱਡੇ ਪੱਧਰ 'ਤੇ ਸਾਰਿਆਂ ਨੇ ਰਲ ਕੇ ਮਨਾਇਆ ਹੈ। ਮੈਂ ਸਾਰੀ ਸਮੁੱਚੇ ਵਰਲਡ ਦੀ ਸੰਗਤ ਦਾ ਸ਼ੁਕਰਗੁਜ਼ਾਰ ਹਾਂ। ਔਰ ਮੈਂ ਨਾਲ ਹੀ ਇਹ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਉੱਥੇ 12 ਨਵੰਬਰ ਨੂੰ ਵਿਸ਼ਵ ਪੱਧਰ 'ਤੇ ਪ੍ਰਕਾਸ਼ ਦਿਹਾੜਾ ਗੁਰੂ ਸਾਹਿਬ ਜੀ ਦਾ ਮਨਾਇਆ ਜਾ ਰਿਹਾ ਸੀ, ਅਤੇ ਮਲੋੜ ਸ਼ਹਿਰ ਦੀ ਸਮੁੱਚੀ ਸੰਗਤ ਵੱਲੋਂ, ਸਮੁੱਚੀਆਂ ਧਾਰਮਿਕ ਜਥੇਬੰਦੀਆਂ ਵੱਲੋਂ, ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਔਰ ਸਾਰਿਆਂ ਨੇ ਰਲ ਕੇ, ਧਾਰਮਿਕ ਜਥੇਬੰਦੀਆਂ ਵੱਲੋਂ ਪਹਿਲੀ ਵਾਰ ਸਾਡੇ ਜ਼ਿਲ੍ਹੇ ਦੇ ਵਿੱਚ ਸਾਰਿਆਂ ਨੇ ਰਲ ਕੇ 8, 9 ਅਤੇ 10 ਨਵੰਬਰ ਨੂੰ ਦਾਣਾ ਮੰਡੀ ਸ਼ਾਮ ਦੇ 3 ਦਿਨ ਦੇ ਜਿਹੜੇ ਦੀਵਾਨ ਸਨ ਉਹ ਸਜਾਏ ਗਏ ਸਨ, ਤਾਂ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਜੋ ਪ੍ਰਕਾਸ਼ ਦਿਹਾੜਾ ਹੈ ਉਸ ਨੂੰ ਸਮੁੱਚੇ ਸ਼ਹਿਰ, ਮਲੋੜ ਦੀਆਂ ਸੰਗਤਾਂ ਵੱਲੋਂ, ਇਲਾਕੇ ਦੀਆਂ ਸੰਗਤਾਂ ਵੱਲੋਂ ਰਲ ਕੇ ਮਨਾਇਆ ਗਿਆ ਹੈ। ਔਰ ਬੜਾ ਭਰਮਾ ਸੰਗਤਾਂ ਨੇ ਉਸ ਦੇ ਵਿੱਚ ਸਹਿਯੋਗ ਦਿੱਤਾ ਹੈ। ਜੋ ਇਹ ਸਾਡੇ ਮਨਾਉਣ ਦਾ ਉਪਰਾਲਾ ਸੀ, ਜੋ ਸਾਡਾ ਇਹ ਉਦੇਸ਼ ਸੀ ਕਿ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਨਾਮ ਜਪੋ, ਵੰਡ ਕੇ ਛਕੋ ਅਤੇ ਕਿਰਤ ਕਰੋ, ਉਸ ਉਪਦੇਸ਼ ਨੂੰ ਘਰ ਘਰ ਪਹੁੰਚਾਇਆ ਜਾਵੇ ਔਰ ਇਸ 'ਤੇ ਅਮਲ ਕੀਤਾ ਜਾਵੇ। ਕਿਉਂਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ ਤਾਂ ਉਹਨਾਂ ਨੇ ਉਪਦੇਸ਼ ਹੀ ਨਹੀਂ ਦਿੱਤਾ, ਪਹਿਲਾਂ ਆਪ ਨਾਮ ਜਪਿਆ ਹੈ। ਵੇਈ ਨਦੀ ਦੇ ਵਿੱਚ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ, ਇਤਿਹਾਸ ਵਿੱਚ ਆਉਂਦਾ ਹੈ ਕਿ 1:30 ਵਜੇ ਤੱਕ ਉਹ ਇਸ਼ਨਾਨ ਕਰਦੇ ਹਨ, ਉਸ ਤੋਂ ਬਾਅਦ ਉਹ ਸੁਲਤਾਨਪੁਰ ਲੋਧੀ ਨਾਮ ਸਿਮਰਨ ਜਿਹੜਾ ਸੀ 2-2 ਘੰਟੇ, 3-3 ਘੰਟੇ ਲਗਾਤਾਰ ਕਰਦੇ ਸਨ। ਜੇ ਕਿਰਤ ਕਰਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਆਉਂਦਾ ਕਿ ਉਹਨਾਂ ਨੇ ਖੇਤੀਬਾੜੀ ਵੀ ਕੀਤੀ, ਔਰ ਜੇ ਵੰਡ ਛਕਣ ਦੀ ਗੱਲ ਕਰੀਏ ਤਾਂ ਉਹਨਾਂ ਗਰੀਬ, ਬੇਸਹਾਰਾ ਅਤੇ ਲੋੜਵੰਦਾਂ ਦੀ ਮਦਦ ਕੀਤੀ। ਇਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਅਸੀਂ ਸਮੁੱਚੇ ਸ਼ਹਿਰ ਔਰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਦਿਹਾੜਾ ਜਿਹੜਾ ਸੀ ਉਹ ਮਨਾਇਆ ਸੀ। ਔਰ ਉਸ ਦੇ ਨਾਲ ਹੀ ਜੋ ਉਹਦੇ ਵਾਸਤੇ ਹੀ ਇੱਕ 5 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਸੀ, 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ 5 ਮੈਂਬਰੀ ਕਮੇਟੀ ਬਣਾਈ ਸੀ, ਉਹਨਾਂ ਵੱਲੋਂ ਕਰੀਬ 100 ਕੰਬਲ ਵੀ ਵੰਡੇ ਗਏ ਸਨ ਤਾਂ ਜੋ ਗਰੀਬ ਅਤੇ ਬੇਸਹਾਰਾ ਅਤੇ ਲੋੜਵੰਦਾਂ ਦੀ ਮਦਦ ਹੋ ਸਕੇ। ਸਮਾਜਿਕ ਬੁਰਾਈਆਂ ਨੂੰ ਵੀ ਹਮੇਸ਼ਾ ਠੱਲ ਪਾਉਣ ਦੀ ਕੋਸ਼ਿਸ਼ਾਂ ਕਰਦੇ ਹੋ, ਸਮਾਜ ਵਿੱਚ ਵਿਚਰਦੇ ਹੋਏਗੇ ਹੋ, ਉਹ ਜਿਹੜੀਆਂ ਬੁਰਾਈਆਂ ਉੱਭਰ ਰਹੀਆਂ ਉਹਨਾਂ ਨੂੰ ਤੁਸੀਂ ਹਮੇਸ਼ਾ ਉਹਦੇ 'ਤੇ ਗੱਲਬਾਤ ਕਰਦੇ ਹੋ, ਪਰ ਤੁਸੀਂ ਦੇਖਿਆ ਕਿ ਮੁਕਤਸਰ ਜ਼ਿਲ੍ਹੇ ਦੇ ਵਿੱਚ ਜਿੱਥੇ ਅਸੀਂ ਗੁਰੂ ਸਾਹਿਬ ਜੀ ਦੀ ਪਾਵਨ ਧਰਤੀ ਦੀ ਗੱਲ ਕਰਦੇ ਕਿ ਲਾਸਟ ਜੰਗ ਉਹਨਾਂ ਨੇ ਇੱਥੇ ਲੜ ਕੇ ਇੱਕ ਇਤਿਹਾਸ ਰਚਿਆ ਅਤੇ ਉਹ ਇੱਥੇ ਜਿਹੜਾ ਸਥਾਨ ਉਸ ਹੈਗਾ ਇੱਥੇ ਸਥਾਪਿਤ, ਪਰ ਉੱਥੇ ਅਜੇ ਵੀ ਸਮਾਜਿਕ ਬੁਰਾਈਆਂ ਨੂੰ ਕਿਤੇ ਠੱਲ ਨਹੀਂ ਪਾਈ ਜਾ ਰਹੀ। ਔਰਤਾਂ ਦੀ ਅਸੀਂ ਗੱਲ ਕਰਦੇ, ਔਰਤਾਂ 'ਤੇ ਅੱਤਿਆਚਾਰ ਹੋ ਰਿਹਾ, ਜਿੱਥੇ ਅਸੀਂ ਹਾਲ ਹੀ ਗੱਲ ਕਰ ਰਹੇ ਹਾਂ ਕਿ ਫਿਰੋਜ਼ਪੁਰ ਦੇ ਘਟਨਾ ਹੋਈ ਮੁਕਤਸਰ ਸਾਹਿਬ ਦੇ ਵਿੱਚ, ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿਹੜੀ ਪੁਲਿਸ ਅਧਿਕਾਰੀ ਸੀ ਉਹਨਾਂ ਨੇ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਔਰ ਉਹ ਕੁੜੀ ਨੂੰ ਉਹਦੇ ਸਹੁਰੇ ਪਰਿਵਾਰ ਵੱਲੋਂ ਜਲਾਉਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿੱਥੇ ਕੇਸ ਦਰਜ ਕਰਵਾਇਆ ਤਾਂ ਉਹਨਾਂ ਨੇ ਵੀ ਅੱਗੋਂ ਮਨ੍ਹਾ ਕਰ ਦਿੱਤਾ। ਫਿਰ ਇਸ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਜੋ ਸਾਡਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ ਇਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਔਰ 40 ਮੁਕਤਿਆਂ ਦੀ ਪਵਿੱਤਰ ਧਰਤੀ ਔਰ ਦੂਸਰੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਸਥਾਨ ਦਾ ਇਹ ਜ਼ਿਲ੍ਹਾ ਹੈ ਔਰ ਇਸ ਜ਼ਿਲ੍ਹੇ ਦੇ ਵਿੱਚ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜੋ ਧਾਰਮਿਕ ਹੋਣ ਦੇ ਕਾਰਨ ਇਹ ਜ਼ਿਲ੍ਹਾ ਹੈ, ਇਸ ਲਈ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਜੋ ਉਪਦੇਸ਼ ਦਿੱਤਾ ਸੀ ਕਿ ਵਿਸ਼ੇਸ਼ ਤੌਰ 'ਤੇ ਔਰਤ ਦਾ ਵੱਧ ਤੋਂ ਵੱਧ ਜਿਹੜਾ ਸਤਿਕਾਰ ਹੋਣਾ ਚਾਹੀਦਾ। ਉਹਨਾਂ ਕਿਹਾ ਸੀ ਸੋ ਕੋ ਮੰਦਾ ਆਖੀਏ ਜਿੱਤ ਜੰਮੇ ਰਜਾਨ,
ਜਿਹੜੀ ਔਰਤ ਰਾਜਿਆਂ ਨੂੰ ਮਹਾਰਾਜਿਆਂ ਨੂੰ ਪੀਰ ਪੈਗੰਬਰਾਂ ਨੂੰ ਜਨਮ ਦਿੰਦੀ ਹੈ ਉਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਮਾੜਾ ਨਹੀਂ ਕਿਹਾ ਜਾ ਸਕਦਾ। ਔਰ ਜੋ ਤੁਸੀਂ ਸਵਾਲ ਕੀਤਾ ਹੈ ਕਿ ਮੁਕਤਸਰ ਦੇ ਵਿੱਚ ਜਾਂ ਫਿਰੋਜ਼ਪੁਰ ਦੇ ਵਿੱਚ ਜੇ ਕਿਸੇ ਔਰਤ 'ਤੇ ਅੱਤਿਆਚਾਰ ਹੁੰਦਾ ਹੈ ਤਾਂ ਮੈਂ ਇਸ ਦੀ ਪੁਰਜ਼ੋਰ ਸ਼ਬਦਾਂ ਦੇ ਵਿੱਚ ਜ਼ਿਲ੍ਹਾ ਮੁਕਤਸਰ ਸਾਹਿਬ ਦੀਆਂ ਸਮੂਹ ਸਮਾਜ ਸੇਵ ਜਥੇਬੰਦੀਆਂ ਵੱਲੋਂ ਔਰ ਧਾਰਮਿਕ ਜਥੇਬੰਦੀਆਂ ਵੱਲੋਂ ਪੁਰਜ਼ੋਰ ਸ਼ਬਦਾਂ ਦੇ ਵਿੱਚ ਇਸ ਦੀ ਨਿੰਦਿਆ ਕਰਦਾ ਹਾਂ, ਕਿਉਂਕਿ ਸਾਨੂੰ ਹਮੇਸ਼ਾ ਹੀ ਔਰਤ ਦਾ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਸਤਿਕਾਰ ਕਰਨਾ ਚਾਹੀਦਾ ਹੈ। ਔਰ ਇਸ ਦਿਹਾੜੇ ਮਨਾਉਣ ਦਾ ਮਕਸਦ ਵੀ ਇਹ ਹੈ ਕਿ ਜੋ ਸਾਡੀਆਂ ਸਮਾਜਿਕ ਬੁਰਾਈਆਂ ਹਨ, ਚਾਹੇ ਔਰਤ 'ਤੇ ਅੱਤਿਆਚਾਰ ਹੋ ਰਿਹਾ ਹੈ, ਚਾਹੇ ਦਹੇਜ ਦੀ ਸਮੱਸਿਆ ਹੈ, ਚਾਹੇ ਨਸ਼ਿਆਂ ਦੀ ਸਮੱਸਿਆ ਹੈ, ਇਹਨਾਂ ਸਾਰੀਆਂ ਸਮਾਜਿਕ ਬੁਰਾਈਆਂ ਨੂੰ ਅਸੀਂ ਦੂਰ ਕਰੀਏ ਤਾਂ ਉਹ ਦੂਰ ਤਾਂ ਹੀ ਹੋ ਸਕਦੀਆਂ ਨੇ ਜੋ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਇਹਨਾਂ ਬੁਰਾਈਆਂ ਦੇ ਖਿਲਾਫ਼ ਆਪਾਂ ਨੂੰ ਸਾਰਿਆਂ ਨੂੰ ਆਵਾਜ਼ ਜਿਹੜੀ ਹੈ ਉਹ ਬੁਲੰਦ ਕਰਨੀ ਚਾਹੀਦੀ ਹੈ, ਅਤੇ ਤਾਂ ਹੀ ਸਾਡਾ ਜਿਹੜਾ ਇਹ ਸਮਾਜ ਹੈ ਉਹ ਵਧੀਆ ਅਤੇ ਤੰਦਰੁਸਤ ਰਹਿ ਸਕਦਾ ਹੈ। ਸੋ ਮੈਂ ਪੰਜਾਬ ਸਰਕਾਰ ਨੂੰ ਔਰ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪਣੀਆਂ ਜਥੇਬੰਦੀਆਂ ਵੱਲੋਂ ਵੀ ਇਹ ਮੰਗ ਕਰਦਾ ਹਾਂ ਕਿ ਜੋ ਸਾਡੀਆਂ ਸਮਾਜਿਕ ਬੁਰਾਈਆਂ ਹਨ ਜਾਂ ਜੋ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਾਂ ਮੁਕਤਸਰ ਸਾਹਿਬ ਦੇ ਵਿੱਚ ਜੇ ਕਿਤੇ ਔਰਤਾਂ ਦੇ ਜਾਂ ਨਸ਼ਿਆਂ ਦੇ ਖਿਲਾਫ਼ ਜੇ ਕੋਈ ਘਟਨਾ ਵਾਪਰੀਆਂ ਹਨ ਤਾਂ ਉਹਨਾਂ 'ਤੇ ਤੁਰੰਤ ਬੰਦੀ ਜਿਹੜੀ ਹੈ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਸਮਾਜਿਕ ਬੁਰਾਈਆਂ ਨੂੰ ਅਸੀਂ ਸਾਰੇ ਰਲ ਮਿਲ ਕੇ ਉਹਨਾਂ ਨੂੰ ਖਤਮ ਕੀਤਾ ਜਾ ਸਕੇ। ਤੁਸੀਂ ਦੇਖਿਆ ਕਿ ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਪ੍ਰਕਾਸ਼ ਦਿਹਾੜਾ, ਜਿੱਥੇ ਤੁਸੀਂ ਦੱਸਿਆ ਕਿ ਸੁਲਤਾਨਪੁਰ ਲੋਧੀ ਵੀ 11 ਕਰੋੜ ਰੁਪਏ ਇੱਕ ਸਟੇਜ 'ਤੇ ਖਰਚ ਕਰਕੇ ਸੁਲਤਾਨਪੁਰ ਲੋਧੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ, ਪਰ ਤੁਹਾਨੂੰ ਲੱਗਦਾ ਕਿ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਦਿਹਾੜਾ ਮਨਾਉਣਾ ਸੀ, ਜੋ ਅਸੀਂ ਘਰ ਘਰ ਸੰਦੇਸ਼ ਪਹੁੰਚਾਉਣਾ ਸੀ, ਤੁਸੀਂ ਦੇਖਿਆ ਹੋਣਾ ਕਿ ਅਜੇ ਵੀ ਨਸ਼ਿਆਂ ਦੀ ਜਿਹੜੀ ਕਿ ਮਾਰ ਬਹੁਤ ਜ਼ਿਆਦਾ ਪੈ ਰਹੀ ਆ, ਔਰ ਤੁਸੀਂ ਦੇਖਿਆ ਹੋਣਾ ਕਿ ਮੁਕਤਸਰ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਹੀ ਬਹੁਤ ਜ਼ਿਆਦਾ ਨਸ਼ੇ ਆ ਜਿਹੜੇ ਵੱਧ ਚੁੱਕੇ ਨੇ, ਕੀ ਉਹ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਸਾਡਾ ਕੋਈ ਫਰਜ਼ ਨਹੀਂ ਸੀ ਬਣਦਾ ਕਿ ਅਸੀਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੋਈ ਇੱਦਾਂ ਦੇ ਉਪਰਾਲੇ ਕਰਦੇ ਕਿ ਜਿਹੜੇ ਨਸ਼ਿਆਂ ਨੂੰ ਠੱਲ ਪਾਈ ਜਾ ਸਕਦੀ ਸੀ? ਜੋ ਨਸ਼ਿਆਂ ਦੇ ਖਿਲਾਫ਼ ਵੇਖੋ, ਭਾਵੇਂ ਪੰਜਾਬ ਸਰਕਾਰ ਵੱਲੋਂ, ਸਮਾਜਿਕ ਜਥੇਬੰਦੀਆਂ ਵੱਲੋਂ, ਧਾਰਮਿਕ ਜਥੇਬੰਦੀਆਂ ਤੋਂ ਰਲ ਕੇ ਉਪਰਾਲੇ ਕੀਤੇ ਜਾਂਦੇ ਹਨ, ਪਰ ਮੈਂ ਸਮਝਣਾ ਕਿ ਸਾਰੇ ਉਪਰਾਲੇ ਤਾਂ ਹੀ ਨਸ਼ਿਆਂ ਨੂੰ ਖਤਮ ਕੀਤਾ ਜਾ ਸਕਦਾ ਹੈ ਜੇ ਸਾਡਾ ਸਮੁੱਚਾ ਸਮਾਜ ਇਸ ਗੱਲ ਨੂੰ ਜਾਗਰਤ ਹੋਵੇ, ਔਰ ਜਿਹੜੇ ਸਾਡੇ ਵਿਸ਼ੇਸ਼ ਤੌਰ 'ਤੇ ਨੌਜਵਾਨ ਹਨ ਔਰ ਸਰਕਾਰਾਂ ਨੂੰ ਵੀ ਇਸ ਗੱਲ ਦੀ ਵਿਸ਼ੇਸ਼ ਤੌਰ 'ਤੇ ਧਿਆਨ ਦੇਣਾ ਚਾਹੀਦਾ ਕਿ ਜੇ ਸਾਡੇ ਨੌਜਵਾਨ ਪੜ੍ਹ ਲਿਖ ਕੇ ਬੇਰੁਜ਼ਗਾਰ ਤੁਰੇ ਫਿਰਦੇ ਹਨ, ਉਹ ਮੈਂ ਸਮਝਦਾ ਕਿ ਉਹ ਜਦੋਂ ਬੇਰੁਜ਼ਗਾਰ ਤੁਰੇ ਫਿਰਦੇ ਨੇ ਤਾਂ ਹੋਰ ਉਹਨਾਂ ਕੋਲ ਕੋਈ ਚਾਰਾ ਨਹੀਂ ਹੁੰਦਾ ਅਤੇ ਉਹ ਨਸ਼ਿਆਂ ਵਾਲੇ ਪਾਸੇ ਚਲੇ ਜਾਂਦੇ ਨੇ, ਅਤੇ ਨਸ਼ਾ ਕਰਨ ਦੇ ਨਾਲ ਜਿੱਥੇ ਉਹ ਆਪਣੇ ਤੌਰ 'ਤੇ ਆਪਣੀ ਸਰੀਰਕ ਤੌਰ 'ਤੇ ਵੀ ਜ਼ਿੰਦਗੀ ਤਬਾਹ ਕਰ ਲੈਂਦੇ ਨੇ, ਆਰਥਿਕ ਤੌਰ 'ਤੇ ਵੀ ਉਹ ਪਿੱਛੇ ਰਹਿ ਜਾਂਦੇ ਨੇ। ਸੋ ਸਾਨੂੰ ਇਸ ਨੂੰ ਸਾਰਿਆਂ ਨੂੰ ਰਲ ਕੇ ਜੋ ਗੁਰੂ ਸਾਹਿਬ ਦਾ ਜੋ ਇਹ ਦਿਹਾੜਾ ਅਸੀਂ ਮਨਾ ਰਹੇ ਹਾਂ ਉਹ ਬਣਾਇਆ ਹੈ, ਇਸ ਦਾ ਉਦੇਸ਼ ਹੀ ਇਹ ਸੀ ਕਿ ਜਿਹੜੀਆਂ ਸਮਾਜਿਕ ਬੁਰਾਈਆਂ ਨੇ ਇਹਨਾਂ ਨੂੰ ਹਰ ਹਾਲਤ ਦੇ ਵਿੱਚ ਖਤਮ ਕੀਤਾ ਜਾ ਸਕੇ। ਔਰ ਮੈਂ ਸਮਝਦਾ ਕਿ ਜਦੋਂ ਅਸੀਂ ਗੁਰੂ ਸਾਹਿਬ ਦੇ ਉਪਦੇਸ਼ 'ਤੇ ਚੱਲਾਂਗੇ, ਗੁਰੂ ਸਾਹਿਬ ਦੇ ਲੜ ਲੱਗਾਂਗੇ, ਤਾਂ ਜਿਹੜੀਆਂ ਸਮਾਜਿਕ ਬੁਰਾਈਆਂ ਐਟੋਮੈਟਿਕ ਹੀ ਖਤਮ ਹੋ ਜਾਣਗੀਆਂ। ਇਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਸਾਡਾ ਮਲੋੜ ਦੇ ਵਿੱਚ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਅਜੈਬ ਸਿੰਘ ਜੀ ਪੱਟੀ ਡਿਪਟੀ ਸਪੀਕਰ ਪੰਜਾਬ ਵੱਲੋਂ ਔਰ ਸਮੁੱਚੇ ਸ਼ਹਿਰ ਔਰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਵੀ ਇੱਕ ਵਿਸ਼ਾਲ ਪੱਧਰ 'ਤੇ 27 ਨਵੰਬਰ ਨੂੰ ਦਾਣਾ ਮੰਡੀ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ, ਔਰ ਉਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ 'ਤੇ ਸਕੂਲਾਂ ਦੇ ਬੱਚਿਆਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਉਸ ਦਾ ਵੀ ਉਦੇਸ਼ ਇਹੋ ਹੀ ਹੈ ਕਿ ਜਿਹੜੇ ਸਾਡੇ ਬੱਚੇ ਹਨ, ਜੋ ਸਾਡੇ ਦੇਸ਼ ਦਾ ਭਵਿੱਖ ਹਨ, ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਜੋ ਫਿਲੋਸਫੀ ਹੈ, ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਪਦੇਸ਼ ਹੈ, ਉਹਨਾਂ ਨਾਲ ਉਹਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਉਹਨਾਂ ਦੇ ਚੱਲਣ ਦੀ ਉਹਨਾਂ ਨੂੰ ਪ੍ਰੇਰਣਾ ਦਿੱਤੀ ਜਾਵੇ। ਜਿਸ ਤਰ੍ਹਾਂ ਸਾਡੀਆਂ ਸਮਾਜਿਕ ਬੁਰਾਈਆਂ, ਚਾਹੇ ਨਸ਼ੇ ਨੇ, ਚਾਹੇ ਭਰੂਣ ਹੱਤਿਆ ਹੈ, ਚਾਹੇ ਦਹੇਜ ਹੈ, ਇਹ ਐਟੋਮੈਟਿਕ ਜਿਹੜੀਆਂ ਨੇ
ਉਹ ਖਤਮ ਹੋ ਜਾਣਗੀਆਂ। ਔਰ ਮੈਂ ਨਾਲ ਹੀ ਸਮੁੱਚੇ ਇਲਾਕੇ ਅਤੇ ਸ਼ਹਿਰ ਦੀਆਂ ਸੰਗਤਾਂ ਨੂੰ ਇਹ ਵੀ ਅਪੀਲ ਕਰਾਂਗਾ ਕਿ ਜੋ ਗੁਰੂ ਨਾਨਕ ਪਾਤਸ਼ਾਹ ਨੇ ਲੰਗਰ ਦੀ ਪ੍ਰਥਾ ਚਲਾਈ ਸੀ ਉਹਦੇ ਵਿੱਚ ਦਾਲ ਫੁਲਕਾ ਸੀ ਅਤੇ ਨਾਲ ਆਮ ਤੌਰ 'ਤੇ ਕੜਾਹ ਪ੍ਰਸ਼ਾਦ ਅਤੇ ਖੀਰ ਹੁੰਦੀ ਸੀ। ਅਤੇ ਖੀਰ ਅਤੇ ਕੜਾਹ ਪ੍ਰਸ਼ਾਦ ਦਾ ਉਹਨਾਂ ਦਾ ਮਕਸਦ ਇਹ ਸੀ ਕਿ ਜੋ ਬਜ਼ੁਰਗ ਦੇ ਮੂੰਹ ਦੇ ਵਿੱਚ ਦੰਦ ਨਹੀਂ ਹੁੰਦੇ ਅਤੇ ਉਹ ਕੜਾਹ ਪ੍ਰਸ਼ਾਦ ਖਾ ਕੇ ਆਪਣੇ ਪੇਟ ਦੀ ਪੂਰਤੀ ਕਰ ਸਕਦਾ ਹੈ। ਅਤੇ ਆਮ ਤੌਰ 'ਤੇ ਉਹਨਾਂ ਨੇ ਦਾਲ ਫੁਲਕੇ ਦੀ ਜਿਹੜੀ ਪਰੰਪਰਾ ਚਲਾਈ ਸੀ ਸਾਨੂੰ ਅੱਜ ਦਾਲ ਫੁਲਕੇ ਅਤੇ ਔਰ ਕੜਾਹ ਪ੍ਰਸ਼ਾਦ ਅਤੇ ਖੀਰ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ। ਜਿਸ ਤਰ੍ਹਾਂ ਕਿ ਵੱਖ ਵੱਖ ਤਰ੍ਹਾਂ ਦੇ ਕੋਈ ਲੱਡੂਆਂ ਦੇ ਲੰਗਰ ਲਾ ਦਿੰਦਾ, ਕੋਈ ਜਲੇਬੀਆਂ ਦੇ ਲਾ ਦਿੰਦਾ, ਕੋਈ ਪੀਜ਼ੇ ਦੇ ਲਾ ਦਿੰਦਾ ਹੈ, ਇਹ ਮੈਂ ਸਮਝਦਾ ਗੁਰੂ ਸਾਹਿਬ ਦੇ ਦਿੱਤੇ ਹੋਏ ਫਲਸਫੀ ਦੇ ਬਿਲਕੁਲ ਉਲਟ ਹੈ। ਬਲਕਿ ਜੇ ਇਸ ਤਰ੍ਹਾਂ ਦੇ ਜੇ ਕੋਈ ਹੈਗੇ ਨੇ ਉਸ 'ਤੇ ਸਮਾਜ ਨੂੰ ਅੱਜ ਲੋੜ ਹੈ, ਕਿਸੇ ਗਰੀਬ ਦੀ, ਕਿਸੇ ਜ਼ਰੂਰਤਮੰਦ ਦੀ, ਕਿਸੇ ਲੋੜਵੰਦ ਦੀ ਲੋੜ ਪੂਰੀ ਕੀਤੀ ਜਾਵੇ। ਸਾਡੇ ਅੱਜ ਦੋ ਵੱਡੀਆਂ ਲੋੜਾਂ ਨੇ, ਇੱਕ ਤਾਂ ਹੈਲਥ ਮਹਿਕਮੇ ਦੇ ਵਿੱਚ, ਦੂਸਰੀ ਸਿਹਤ ਮਹਿਕਮੇ ਦੇ ਵਿੱਚ। ਬਥੇਰੇ ਲੋਕ ਨੇ ਜੇ ਅਸੀਂ ਸੇਵਾ ਕਰਨੀ ਚਾਹੁੰਦੇ ਹਾਂ ਤਾਂ ਕਿਸੇ ਜ਼ਰੂਰਤਮੰਦ ਦੀ ਲੋੜ ਪੂਰੀ ਕਰਕੇ ਉਹ ਕਿਸੇ ਨੂੰ ਐਜੂਕੇਸ਼ਨ ਦਿੱਤੀ ਜਾਵੇ, ਕਿਸੇ ਦਾ ਪ੍ਰੋਪਰ ਜਿਹੜਾ ਇਲਾਜ ਕਰਾਇਆ ਜਾਵੇ। ਮੈਂ ਸਮਝਦਾ ਜੇ ਆਪਾਂ ਕਿਸੇ ਜ਼ਰੂਰਤਮੰਦ ਦਾ ਇਲਾਜ ਕਰਵਾ ਦਈਏ ਜਾਂ ਐਜੂਕੇਸ਼ਨ ਦੇ ਵਿੱਚ ਕਿਸੇ ਨੂੰ ਪੜ੍ਹਾ ਦਈਏ ਤਾਂ ਮੈਂ ਸਮਝਦਾ ਸਾਡੇ ਦੇ ਗੁਰੂ ਸਾਹਿਬ ਹੋਰ ਵੀ ਵੱਧ ਦਿਆਲ ਹੋਣਗੇ। ਸੋ ਸਾਨੂੰ ਇਸ ਵੱਲ ਵਿਸ਼ੇਸ਼ ਤੌਰ 'ਤੇ ਸਮੁੱਚੇ ਸਮਾਜ ਨੂੰ ਧਿਆਨ ਦੇਣ ਦੀ ਲੋੜ ਹੈ। ਸੁਖਦੇਵ ਸਿੰਘ ਜੀ, ਜਿੱਥੇ ਤੁਸੀਂ ਸਮਾਜਿਕ ਕੰਮਕਾਰ ਕਰਦੇ ਹੋ, ਤੁਸੀਂ ਜਥੇਬੰਦ ਧਾਰਮਿਕ ਜਥੇਬੰਦੀਆਂ ਨਾਲ ਸੰਬੰਧਿਤ ਹੋ ਕੇ ਸੇਵਾਵਾਂ ਕਰਦੇ ਹੋ, ਪਰ ਅਸੀਂ ਦੇਖੀਏ ਕਿ ਤੁਸੀਂ ਮੈਡੀਕਲ ਸੇਵਾਵਾਂ ਵਿੱਚ ਵੀ ਪਿੱਛੇ ਨਹੀਂ ਰਹਿੰਦੇ, ਹਮੇਸ਼ਾ ਤੁਸੀਂ ਤਤਪਰ ਰਹਿੰਦੇ ਹੋ ਸੇਵਾਵਾਂ ਕਰਨ ਦੇ ਵਿੱਚ ਕਿ ਕਿਸੇ ਨੂੰ ਜਿੱਥੇ ਖੂਨ ਦੀ ਲੋੜ ਪੈਂਦੀ ਹੈ, ਕਿਸੇ ਨੂੰ ਕੋਈ ਇਲਾਜ ਦੀ ਲੋੜ ਪੈਂਦੀ ਆ, ਤੁਸੀਂ ਬਕਾਇਦਾ ਉਸਨੂੰ ਹਰ ਤਰ੍ਹਾਂ ਦਾ ਟ੍ਰੀਟ ਦਿੰਦੇ ਹੋ, ਫਿਰ ਉਹ ਤੁਹਾਡੇ ਕੋਲ ਕਿੱਥੋਂ ਸਪਿਰਿਟ ਆਉਂਦੀ ਹੈ ਕਿ ਤੁਸੀਂ ਉਹ ਸਾਰੀਆਂ ਸੇਵਾਵਾਂ ਕਰਨ ਵਿੱਚ ਅੱਗੇ ਹੁੰਦੇ ਹੋ? ਉਹ ਸਾਡੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਅਸੀਂ ਇਸ ਵਾਰੀ ਐਲਾਨ ਕੀਤਾ ਸੀ ਕਿ ਜੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਵਿਸ਼ੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ ਅਤੇ ਸਾਡਾ ਜਿਹੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਇੱਕ ਇਤਿਹਾਸਿਕ ਜ਼ਿਲ੍ਹਾ ਹੈ ਅਤੇ ਇਹਦੇ ਵਿੱਚ ਅਸੀਂ ਸਮੁੱਚੀਆਂ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਕੋਈ ਵੀ ਬਜ਼ੁਰਗ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਜੇ ਕਿਸੇ ਨੇ ਚਿੱਟੇ ਮੋਤੀਆਂ ਦਾ ਆਪਰੇਸ਼ਨ ਕਰਾਉਣਾ ਹੋਵੇ ਜਾਂ ਲੈਂਜ ਪਾਉਣਾ ਹੋਵੇ ਜਾਂ ਆਪਰੇਸ਼ਨ ਕਰਾਉਣਾ ਹੋਵੇ, ਉਹ ਬਿਲਕੁਲ ਮੁਫਤ ਜਿਹੜੇ ਨੇ ਉਹ ਆਪਰੇਸ਼ਨ ਰਾਹੀਂ ਲੈਂਜ ਪਾਏ ਗਏ ਨੇ, ਆਪਰੇਸ਼ਨ ਕੀਤੇ ਗਏ ਨੇ ਅਤੇ ਬਜ਼ੁਰਗਾਂ ਦੀਆਂ ਜਿਹੜੀਆਂ ਅਸੀਂ ਦੁਆਵਾਂ ਅਤੇ ਅਸੀਸਾਂ ਲਈਆਂ ਹਨ। ਔਰ ਨਾਲ ਹੀ ਸਾਡਾ ਇਹ ਵੀ ਉਦੇਸ਼ ਸੀ ਕਿ ਸਾਰੇ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਖੂਨ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਹ ਵੀ ਅਸੀਂ ਨੌਜਵਾਨਾਂ ਨੂੰ ਪ੍ਰੇਰਣਾ ਦੇ ਕੇ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਵੱਖ ਵੱਖ ਸਮੇਂ 'ਤੇ ਵੱਧ ਤੋਂ ਵੱਧ ਜਿਹੜੇ ਨੇ ਉਹ ਖੂਨਦਾਨ ਕੈਂਪ ਲਾਉਂਦੇ ਹਾਂ ਤਾਂ ਜੋ ਕਿਸੇ ਨੂੰ ਖੂਨ ਦੀ ਜਿਹੜੀ ਘਾਟ ਆ ਮਹਿਸੂਸ ਨਾ ਹੋਵੇ। ਇਹ ਸਾਡਾ ਨਿਸ਼ਾਨਾ ਸੀ ਇਸ ਦਿਨ ਔਰ ਅਸੀਂ ਉਸ ਆਪਣੇ ਨਿਸ਼ਾਨੇ ਨੂੰ ਪੂਰਾ ਕਾਮਯਾਬ ਕੀਤਾ ਹੈ ਅਤੇ ਪਰਮਾਤਮਾ ਸਾਨੂੰ ਹੋਰ ਵੀ ਬਲ ਬਖਸ਼ੇ, ਸ਼ਕਤੀ ਬਖਸ਼ੇ ਅਤੇ ਇਸ ਤਰ੍ਹਾਂ ਸਮਾਜ ਦੀ ਭਲਾਈ ਦੇ ਜਿਹੜੇ ਕਾਰਜ ਨੇ। ਮੈਂ ਸਮਝਦਾ ਕਿ ਜੇ ਅਸੀਂ ਸਮਾਜ ਦੀ ਭਲਾਈ ਦੇ ਕਾਰਜ ਕਰਨੇ ਹਾਂ ਤਾਂ ਸਮਝੋ ਉਹਨਾਂ ਦੀ ਜਿਹੜੀਆਂ ਦੁਆਵਾਂ ਅਤੇ ਸੀਸਾਂ ਮਿਲਦੀਆਂ ਨੇ ਉਹ ਅਸੀਂ ਸਮਝਦੇ ਗੁਰੂ ਸਾਹਿਬ ਵੱਲੋਂ ਦਿੱਤੀਆਂ ਸਾਨੂੰ ਦੁਆਵਾਂ ਅਤੇ ਸੀਸਾਂ ਹੁੰਦੀਆਂ ਨੇ, ਇਹ ਕਦੇ ਵਿਅਰਥ ਨਹੀਂ ਜਾਂਦੀਆਂ। ਸੋ ਸਮੁੱਚੇ ਸਮਾਜ ਨੂੰ ਮੈਂ ਅਪੀਲ ਕਰਾਂਗਾ ਕਿ ਬੇਲੋੜੇ ਖਰਚੇ ਘਟਾ ਕੇ ਜਿਹੜੇ ਮਰਗ ਦੇ ਭੋਗਾਂ ਦੇ ਬੇਤਾਸ਼ਾ ਅਸੀਂ ਖਰਚ ਕਰਦੇ ਹਾਂ ਜਾਂ ਵਿਆਹ ਸ਼ਾਦੀਆਂ ਦੇ ਬੇਤਾਸ਼ਾ ਅਸੀਂ ਖਰਚ ਕਰਦੇ ਹਾਂ, ਇਹਨਾਂ ਨੂੰ ਘਟਾਉਣਾ ਚਾਹੀਦਾ ਹੈ। ਅਤੇ ਜੇ ਕਿਸੇ ਕੋਲ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਧਨ ਦੀ ਤਾਂ ਉਹਨਾਂ ਨੂੰ ਗਰੀਬ ਅਤੇ ਬੇਸਹਾਰਾ ਅਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਇਹ ਹੀ ਮੈਂ ਸਮੁੱਚੀ ਸੰਗਤ ਨੂੰ ਅਪੀਲ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਜਿੱਥੇ ਤੁਸੀਂ ਦੇਖਿਆ ਕਿ ਹਾਲ ਹੀ ਦਸੰਬਰ ਦਾ ਮਹੀਨਾ ਵੀ ਆ ਰਿਹਾ ਹੈ ਜਿੱਥੇ ਅਸੀਂ ਸ਼ਫਰੇ ਸ਼ਹਾਦਤ ਦੇ ਦਿਨ ਆਉਂਦੇ ਨੇ ਔਰ ਸ਼ਹੀਦੀ ਜੋੜ ਮੇਲੇ ਹੁੰਦੇ ਨੇ, ਸ਼ਹੀਦੀ ਜੋੜ ਮੇਲੇ ਦੀ ਅਸੀਂ ਗੱਲ ਕਰੀਏ ਜਾਂ ਫਿਰ ਅਸੀਂ ਮੁਕਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਹੈਗੇ ਜਿੱਥੇ ਮਾਘੀ ਬਹੁਤ ਉਤਸ਼ਾਹ ਨਾਲ ਜਿਹੜੀ ਮਨਾਈ ਜਾਂਦੀ ਆ, ਪਰ ਉੱਥੇ ਵੀ
ਉਹ ਜਿਹੜੇ 40 ਮੁਕਤੇ ਸੀ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੀ ਸ਼ਹਾਦਤ ਨੂੰ ਪਠਾਨਕੋਟ ਪ੍ਰਣਾਮ ਕੀਤਾ ਜਾਂਦਾ। ਪਰ ਕਈ ਜਿਹੜੇ ਆਪਾਂ ਸਰਕਾਰਾਂ ਵੱਲੋਂ ਕਹਿ ਰਹੀਏ, ਕਈ ਜਥੇਬੰਦੀਆਂ ਵੱਲੋਂ ਉੱਥੇ ਵਧਾਈਆਂ ਦਿੱਤੀਆਂ ਜਾਂਦੀਆਂ ਨੇ ਕਿ ਜੋੜ ਮੇਲੇ ਦੀਆਂ ਵਧਾਈਆਂ ਜਾਂ ਸ਼ਹੀਦੀ ਸਮਾਗਮਾਂ ਦੀਆਂ ਵਧਾਈਆਂ। ਕਿਉਂ ਸਾਡੇ ਜਿਹੜੇ ਉਹ ਸ਼ਹਾਦਤ ਦੇ ਜਿਹੜੇ ਦਿਨ ਹੁੰਦੇ ਨੇ, ਸਾਡੇ ਸ਼ਹੀਦੀਆਂ ਜਿਹੜੀਆਂ ਉਹਨਾਂ ਨੂੰ ਉਹ ਵਧਾਈਆਂ ਦੇ ਰੂਪ ਵਿੱਚ ਅੱਗੇ ਲੈ ਕੇ ਆਉਂਦੇ ਨੇ? ਕੀ ਕਹੋਗੇ ਤੁਸੀਂ ਇਹਦੇ ਸੰਬੰਧ? ਮੈਂ ਬੇਨਤੀ ਸੰਗਤਾਂ ਨੂੰ ਕਰਾਂਗਾ, ਵਿਸ਼ੇਸ਼ ਤੌਰ 'ਤੇ ਜੋ ਸ਼ਹੀਦੀ ਜੋੜ ਮੇਲੇ ਨੇ, ਇਹਨਾਂ ਨੂੰ ਸ਼ਹੀਦੀ ਜੋੜ ਮੇਲਿਆਂ ਦੇ ਤੌਰ 'ਤੇ ਮਨਾਉਣਾ ਚਾਹੀਦਾ। ਇਸ ਸਮੇਂ 'ਤੇ ਸਾਨੂੰ ਵਧਾਈਆਂ ਜਿਹੜੀਆਂ ਨਹੀਂ ਦੇਣੀਆਂ ਚਾਹੀਦੀਆਂ, ਔਰ ਉਹਨਾਂ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਕਰਨਾ ਚਾਹੀਦਾ, ਕਿਉਂਕਿ ਉਹਨਾਂ ਦੀ ਬੜੀ ਵੱਡੀ ਸਾਡੇ ਦੇਸ਼ ਲਈ, ਸਾਡੇ ਸਮਾਜ ਲਈ ਬੜੀ ਵੱਡੀ ਦੇਣ ਹੈ। ਅਤੇ ਵਿਸ਼ੇਸ਼ ਤੌਰ 'ਤੇ ਮੈਂ ਸੰਗਤਾਂ ਨੂੰ ਇਹ ਵੀ ਅਪੀਲ ਕਰਾਂਗਾ ਹੱਥ ਜੋੜ ਕੇ ਕਿ ਉਹਨਾਂ ਸ਼ਹੀਦੀ ਜੋੜ ਮੇਲਿਆਂ ਦੇ ਸਮੇਂ ਦੇ ਵਿੱਚ ਜਿਹੜੇ ਤਰ੍ਹਾਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਕੋਈ ਲੱਡੂਆਂ ਦੇ ਲੰਗਰ ਲਾਉਣੇ, ਜਲੇਬੀਆਂ ਦੇ ਲੰਗਰ ਲਾਉਣੇ, ਪਕੌੜਿਆਂ ਦੇ ਲੰਗਰ ਲਾਉਣੇ, ਇਸ ਤਰ੍ਹਾਂ ਦੇ ਜਿਹੜੇ ਲੰਗਰ ਉਹਨਾਂ ਦੇ ਦਿਹਾੜਿਆਂ 'ਤੇ, ਖੁਸ਼ੀ ਦੇ ਇਹ ਸ਼ਹੀਦੀ ਜੋੜ ਮੇਲਿਆਂ 'ਤੇ ਨਹੀਂ ਲਾਉਣੇ ਚਾਹੀਦੇ। ਇਹ ਸਾਦਾ ਭੋਜਨ ਜਿਹੜਾ ਹੈ ਉਹ ਹੀ ਉਸ ਤੋਂ ਵਰਤਣਾ ਚਾਹੀਦਾ ਹੈ, ਕਿਉਂਕਿ ਅਸੀਂ ਸਮਝਦੇ ਹਾਂ ਕਿ ਜੇ ਅਸੀਂ ਇਸ ਤਰ੍ਹਾਂ ਦੀਆਂ ਖੁਸ਼ੀਆਂ ਮਨਾਉਣੇ ਹਾਂ ਤਾਂ ਅਸੀਂ ਸ਼ਹੀਦੀ ਜੋੜ ਮੇਲਿਆਂ ਦੇ ਵਿੱਚ ਜਿਹੜੇ ਸਾਡੇ ਸ਼ਹੀਦ ਹੋਏ ਹੁੰਦੇ ਨੌਜਵਾਨ, ਉਹਨਾਂ ਦੀ ਅਸੀਂ ਤੁਹੀਨ ਕਰ ਰਹੇ ਹੁੰਦੇ ਹਾਂ। ਸੋ ਸਾਨੂੰ ਉਹਨਾਂ ਦੇ ਸ਼ਹੀਦੀ ਜਿਹੜੇ ਜੋੜ ਮੇਲਿਆਂ 'ਤੇ ਉਹਨਾਂ ਨੂੰ ਸਿਰਫ ਅਤੇ ਸਿਰਫ ਕੋਟ ਕੋਟ ਪ੍ਰਣਾਮ ਕੀਤਾ ਜਾਵੇ, ਅਤੇ ਸਾਦਾ ਭੋਜਨ ਜਿਹੜਾ ਹੈ ਉਹ ਵਰਤਣਾ ਚਾਹੀਦਾ ਹੈ। ਇਹ ਮੈਂ ਸਮੁੱਚੀ ਸੰਗਤ ਨੂੰ, ਔਰ ਵਿਸ਼ੇਸ਼ ਤੌਰ 'ਤੇ ਜਿਸ ਤਰ੍ਹਾਂ ਮਾਘੀ ਦਾ ਮੇਲਾ ਸਾਡੇ ਜ਼ਿਲ੍ਹਾ ਸ੍ਰੀ ਮੁਕਤਸਰ 'ਚ ਬੜੇ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ, ਉੱਥੇ ਮੈਂ ਸੰਗਤਾਂ ਨੂੰ ਅਪੀਲ ਕਰਾਂਗਾ ਕਿ ਆਪਾਂ ਸ਼ਹੀਦੀ ਜੋੜ ਮੇਲਿਆਂ ਦੇ ਸਮੇਂ 'ਤੇ, ਮਾਘੀ ਦੇ ਮੇਲੇ ਦੇ ਸਮੇਂ 'ਤੇ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਕਰੀਏ ਨਾ ਕਿ ਉਹਨਾਂ ਨੂੰ ਵਧਾਈਆਂ ਦਈਏ ਕਰੀਏ। ਜੇਕਰ ਕੋਈ ਜਥੇਬੰਦੀ ਜਾਂ ਸਰਕਾਰ ਉਸ ਦਿਹਾੜੇ 'ਤੇ ਵਧਾਈ ਦਿੰਦੀ ਹੈ ਤਾਂ ਮੈਂ ਸਮਝਦਾ ਕਿ ਉਹ ਸ਼ਹੀਦਾਂ ਦਾ ਬੜਾ ਵੱਡਾ ਅਪਮਾਨ ਕਰਦੇ ਨੇ। ਪਰ ਤੁਸੀਂ ਜਿੱਥੇ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਹੈ ਕਿ ਜਿਹੜੇ ਸ਼ਹੀਦੀ ਜੋੜ ਮੇਲੇ ਗੁਰੂ ਘਰਾਂ ਦੇ ਵਿੱਚ ਲੱਗਦੇ ਨੇ, ਪਰ ਤੁਸੀਂ ਦੇਖਿਆ ਕਿ ਅੱਜ ਉਹ ਗੁਰੂ ਘਰਾਂ ਦੀ ਮਹੱਤਤਾ ਰਹਿ ਚੁੱਕੀ ਹੈ ਜੋ ਪਹਿਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਦੀ ਸੀ ਕਿ ਅਸੀਂ ਜਦੋਂ ਗੁਰੂ ਘਰ ਜਾ ਕੇ ਨਤਮਸਤਕ ਹੁੰਦੇ ਸੀ ਤਾਂ ਸਾਡਾ ਉਹ ਭਾਵਨਾ ਹੁੰਦੀ ਸੀ, ਸਾਡਾ ਮਨ ਭਾਰੇ ਆਉਂਦਾ ਸੀ ਜਿੱਥੇ ਅਸੀਂ ਗੁਰੂਆਂ ਦੀ ਸ਼ਹਾਦਤ ਨੂੰ ਦੇਖਦੇ ਸੀ। ਪਰ ਕਿਤੇ ਨਾ ਕਿਤੇ ਉਹ ਨੌਜਵਾਨ ਪੀੜ੍ਹੀ ਦੇ ਵਿੱਚ ਉਹ ਚੀਜ਼ ਖਤਮ ਹੋ ਚੁੱਕੀ ਆ, ਉਹ ਗੁਰੂ ਘਰਾਂ ਨੂੰ ਸਿੱਧਾ ਸਿਰਫ ਵਿਜ਼ਿਟਰ ਪਲੇਸ ਬਣ ਕੇ ਰਹਿ ਗਏ ਨੇ ਔਰ ਉੱਥੇ ਜਾ ਕੇ ਸੈਲਫੀਆਂ ਤੱਕ ਖਿਚਾਉਂਦੇ ਨੇ। ਕੀ ਕਹੋਗੇ ਤੁਸੀਂ ਇਸ? ਉਹਦੇ ਸੰਬੰਧ ਵਿੱਚ ਮੈਂ ਵਿਸ਼ੇਸ਼ ਤੌਰ ਸਮੁੱਚੀ ਸੰਗਤ ਨੂੰ ਔਰ ਵਿਸ਼ੇਸ਼ ਤੌਰ 'ਤੇ ਆਪਣੇ ਨੌਜਵਾਨ ਵੀਰਾਂ ਨੂੰ ਅਪੀਲ ਕਰਾਂਗਾ, ਬੇਨਤੀ ਕਰਾਂਗਾ ਕਿ ਜਿਹੜੇ ਸਾਡੇ ਇਤਿਹਾਸਕ ਗੁਰੂ ਘਰ ਨੇ ਉੱਥੇ ਸਾਨੂੰ ਸ਼ਰਧਾ ਅਤੇ ਭਾਵਨਾ ਦੇ ਨਾਲ ਨਤਮਸਤਕ ਹੋਣਾ ਚਾਹੀਦਾ ਹੈ, ਨਾ ਕਿ ਉਹਨੂੰ ਇੱਕ ਪਾਰਕ ਦੇ ਤੌਰ 'ਤੇ ਜਾਂ ਸਮਝੋ ਤੁਸੀਂ ਹਿਸਟੋਰੀਅਲ ਪਲੇਸ ਦੇ ਤੌਰ 'ਤੇ ਉੱਥੇ ਉਹਨੂੰ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੁੰਦਾ। ਉਹਦੇ ਨਾਲ ਸਾਡੇ ਸਮੁੱਚੇ ਸਮਾਜ ਦੀਆਂ ਔਰ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਸੋ ਜਦੋਂ ਅਸੀਂ ਗੁਰੂ ਸਾਹਿਬ ਦੇ ਜਾਂਦੇ ਹਾਂ ਤਾਂ ਮੈਂ ਸਮਝਦਾ ਕਿ ਜਦੋਂ ਗੁਰੂ ਸਾਹਿਬ ਦੇ ਚਰਨਾਂ 'ਚ ਸੀਸ ਝੁਕਾਉਂਦੇ ਹਾਂ ਜਾਂ ਨਤਮਸਤਕ ਹੁੰਦੇ ਹਾਂ ਤਾਂ ਬੜੀ ਵੱਡੀ ਸੁਪਰੀਮ ਪਾਵਰ ਹੁੰਦੀ ਹੈ ਜਿਨ੍ਹਾਂ ਦੇ ਚਰਨਾਂ 'ਚ ਅਸੀਂ ਜਾ ਰਹੇ ਹੁੰਦੇ ਹਾਂ, ਅਤੇ ਸਾਨੂੰ ਜਿਹੜੀ ਸਿੱਖ ਮਰਿਆਦਾ ਹੈ ਉਹਦੀ ਬਿਲਕੁਲ ਇਨ ਬਿਨ ਜਿਹੜੀ ਹੈ ਉਹ ਪਾਲਣਾ ਕਰਨੀ ਚਾਹੀਦੀ ਹੈ। ਬਲਕਿ ਉਹਨੂੰ ਕਿਸੇ ਵੀ ਕਿਸਮ ਦੇ ਵਿੱਚ ਉੱਥੇ ਕੋਈ ਪਾਰਕ ਦੇ ਤੌਰ 'ਤੇ ਜਾਂ ਹਿਸਟੋਰੀਅਲ ਪਲੇਸ ਦੇ ਤੌਰ 'ਤੇ ਉਸਨੂੰ ਨਹੀਂ ਮਨਾਉਣਾ ਚਾਹੀਦਾ। ਜੇਕਰ ਮੇਰੇ ਨੌਜਵਾਨ ਵੀਰ ਇਸ ਤਰ੍ਹਾਂ ਕਿਤੇ ਜਾਂਦੇ ਜਾਂ ਕਰਦੇ ਨੇ ਤਾਂ ਮੈਂ ਉਹਨਾਂ ਨੂੰ ਨਿਮਰਤਾ ਸਹਿਤ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਸਾਨੂੰ ਨਿਮਰਤਾ ਅਤੇ ਸਹਿਣ ਸ਼ਕਤੀ ਅਤੇ ਮਿਠਾਸ ਦਿੱਤੀ ਹੈ ਤਾਂ ਉਹਨਾਂ ਨੌਜਵਾਨਾਂ ਨੂੰ ਨਿਮਰਤਾ ਅਤੇ ਸਹਿਣ ਸ਼ਕਤੀ ਦੇ ਨਾਲ ਹੀ ਇਸ ਪਾਸੇ ਮੋੜਿਆ ਜਾ ਸਕਦਾ ਹੈ, ਔਰ ਨੌਜਵਾਨਾਂ ਨੂੰ ਕਿਸੇ ਕਿਸਮ ਨਾਲ ਧੱਕਾ ਨਹੀਂ ਕਰਨ ਦੀ ਲੋੜ, ਕਿਸੇ ਨੂੰ ਕੌੜਾ ਸ਼ਬਦ ਨਹੀਂ ਬੋਲਣਾ ਚਾਹੀਦਾ। ਪਿਆਰ ਅਤੇ ਨਿਮਰਤਾ ਦੇ ਨਾਲ ਮੈਂ ਸਮਝਣਾ ਹਰੇਕ ਮਸਲਾ ਜਿਹੜਾ ਹੈ ਉਹ ਹੱਲ ਹੋ ਜਾਂਦਾ। ਸੋ ਦਰਸ਼ਕੋ, ਇਹ ਸਨ ਡਾਕਟਰ ਸੁਖਦੇਵ ਸਿੰਘ ਗਿੱਲ ਜਿਨ੍ਹਾਂ ਨੇ ਸਾਨੂੰ ਬਕਾਇਦਾ ਉਸ ਗੱਲ ਤੋਂ ਜਾਣੂ ਕਰਵਾਇਆ ਕਿ ਜਿਹੜੇ
ਅੱਜ ਅਸੀਂ ਦੱਸਦੇ ਹਾਂ ਕਿ ਮੁਕਤਸਰ ਸਾਹਿਬ ਜੀ ਦੀ ਪਾਵਨ ਧਰਤੀ ਜਿਹੜਾ ਕਿ ਬਹੁਤ ਹੀ ਇਤਿਹਾਸਿਕ ਸਥਾਨ ਮੰਨਿਆ ਜਾਂਦਾ, ਉੱਥੇ ਵੀ ਕਈ ਵਾਰਦਾਤਾਵਾਂ ਸਾਡੇ ਨਾਲ ਜਿਹੜੀਆਂ ਸਾਹਮਣੇ ਆਈਆਂ ਸੀ, ਅਤੇ ਅਸੀਂ ਚਾਹੁੰਦੇ ਸੀ ਕਿ ਅਸੀਂ ਬਕਾਇਦਾ ਉਹਨਾਂ ਜਿਹੜੇ ਘਟਨਾਵਾਂ 'ਤੇ ਗੱਲਬਾਤ ਕੀਤੀ ਜਾਵੇ ਤਾਂ ਜੋ ਕਿਉਂ ਘਟਨਾਵਾਂ ਵਾਪਰੀਆਂ, ਕੀ ਪ੍ਰਸ਼ਾਸਨ ਵੱਲੋਂ ਘਾਟ ਆਈ ਹੈ, ਉਸਨੂੰ ਠੱਲ ਪਾਈ ਜਾਵੇ, ਉਸ ਵਿੱਚ ਸੁਧਾਰ ਕੀਤਾ ਜਾਵੇ। ਅਗਰ ਤੁਹਾਨੂੰ ਲੱਗਦਾ ਕਿ ਅਸੀਂ ਇੱਦਾਂ ਦੇ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਆਈਏ ਤਾਂ ਸਾਡੇ ਪ੍ਰੋਗਰਾਮ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਇਸ ਪ੍ਰੋਗਰਾਮ ਦੇ ਵਿਸ਼ੇ ਨੂੰ ਲੈ ਕੇ ਅਗਰ ਤੁਹਾਡੇ ਮਨ ਵਿੱਚ ਕੋਈ ਵਿਚਾਰ ਆਉਂਦਾ ਤਾਂ ਤੁਸੀਂ ਨੀਚੇ ਦਿੱਤੇ ਕਮੈਂਟ ਬਾਕਸ ਦੇ ਵਿੱਚ ਆਪਣਾ ਵਿਚਾਰ ਪੇਸ਼ ਕਰ ਸਕਦੇ। ਇੱਥੇ ਹੀ ਆਪਣੀ ਹਰਜੀਤ ਕੌਰ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।